ਭਿੱਖੀ ਵਿੜ ਅਧੀਨ ਆਉਂਦੇ ਪਿੰਡ ਸਾਧਪੁਰਾ ਵਿਖੇ ਪਾਲਤੂ ਕੁੱਤੇ ਕਾਰਨ ਹੋਈ ਲੜਾਈ ਕਾਰਨ ਗਰਭਵਤੀ ਔਰਤ ਦੀ ਕੁੱਟਮਾਰ ਕਾਰਨ ਉਸਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਗਦੀਸ਼ ਸਿੰਘ ਵਾਸੀ ਸਾਧਪੁਰਾ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਘਰ ਇੱਕ ਪਾਲਤੂ ਕੁੱਤਾ ਰੱਖਿਆ ਹੋਇਆ। ਸਵੇਰੇ ਸ਼ਾਮ ਉਸ ਨੂੰ ਬਾਹਰ ਘੁੰਮਣ ਲਈ ਛੱਡ ਦਿੱਤਾ ਜਾਂਦਾ ਹੈ। ਬੀਤੇ ਕੁਝ ਦਿਨ ਪਹਿਲਾਂ ਜਦੋਂ ਉਹਨਾਂ ਵੱਲੋਂ ਆਪਣਾ ਕੁੱਤਾ ਛੱਡਿਆ ਗਿਆ ਤਾਂ ਨੇੜਲੇ ਘਰ ਰਹਿੰਦੇ ਕਾਬਲ ਸਿੰਘ ਜੋ ਕਿ ਕੌਮ ਤੋਂ ਜੱਟ ਹੈ ਉਹਨਾਂ ਦਾ ਕੁੱਤੇ ਨਾਲ ਕੁੱਤਾ ਲੜ ਪਿਆ, ਜਿਸ ਨੂੰ ਹਟਾਉਣ ਲਈ ਕਾਬਲ ਸਿੰਘ ਨੇ ਸਾਡੇ ਕੁੱਤੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਗੁੱਸੇ ਵਿੱਚ ਆਏ ਕੁੱਤੇ ਨੇ ਕਾਬਲ ਸਿੰਘ ਨੂੰ ਵੱਢਿਆ। ਇਸੇ ਰੰਜਿਸ਼ ਕਾਰਨ ਕਾਬਲ ਸਿੰਘ ਤੇ ਉਸਦਾ ਬੇਟਾ ਜਤਿੰਦਰ ਸਿੰਘ ਸਾਨੂੰ ਕਾਲੀ ਕਲੌਚ ਕਰਨ ਲੱਗ ਪਏ, ਪਰ ਅਸੀਂ ਹੱਥ ਜੋੜੇ ਕਿ ਸਾਡੀ ਤੁਹਾਡੀ ਨਾਲ ਖਾਦੀ ਲੜਾਈ ਹੈ। ਪਰ 3-4 ਦਿਨ ਪਹਿਲਾਂ ਕਾਬਲ ਸਿੰਘ ਤੇ ਉਸਦੀ ਪਤਨੀ ਸਿਮਰਜੀਤ ਤੇ ਬੇਟਾ ਉਹਨਾਂ ਘਰ ਆਏ ਤੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਹਨਾਂ ਦੀ ਪਤਨੀ ਰਮਨਦੀਪ ਕੌਰ ਜੋ ਕਿ ਗਰਭਵਤੀ ਸੀ ਅਤੇ ਜਿਸਦੇ 1-2 ਦਿਨ ਤੱਕ ਬੱਚਾ ਹੋਣ ਵਾਲਾ ਸੀ ਉਹ ਵਿੱਚ ਛੁਡਾਨ ਆਈ ਤਾਂ ਦੋਸ਼ੀਆਂ ਨੇ ਉਸਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਨੇੜੇ ਪਏ ਮੰਜੇ ਦੀ ਵਾਹੀ ਤੇ ਉਸਦੀ ਪਤਨੀ ਵੱਜ ਗਈ ਤੇ ਉਸ ਤੋਂ ਬਾਅਦ ਉਕਤ ਦੋਸ਼ੀਆਂ ਨੇ ਪੁਲਿਸ ਤੱਕ ਲੈ ਆਂਦੀ ਅਤੇ SI ਪੰਨਾ ਲਾਲ ਨੇ ਬਿਨਾਂ ਉਹਨਾਂ ਦੀ ਪਤਨੀ ਦੀ ਹਾਲਤ ਜਾਣਿਆ ਉਹਨਾਂ ਨੂੰ ਕੁੱਟਮਾਰ ਕਰਨਾ ਸ਼ੁਰੂ ਕਰ ਦਿੱਤਾ। ਉਧਰ ਉਹਨਾਂ ਦੀ ਪਤਨੀ ਦਾ ਦਰਦ ਜ਼ਿਆਦਾ ਵਧਣ ਲੱਗਾ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਪੇਟ ਵਿੱਚ ਮਰੇ ਬੱਚੇ ਨੇ ਜਨਮ ਲਿਆ। ਉਸ ਤੋਂ ਬਾਅਦ ਉਹਨਾਂ ਥਾਣਾ ਭਿੱਖੀ ਪਿੰਡ ਦਰਖਾਸਤ ਦਿੱਤੀ, ਪਰ 3 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨੇ ਕਿਹਾ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਆਪਣੇ ਮ੍ਰਿਤਕ ਬੱਚੇ ਨੂੰ ਨਹੀਂ ਦਫਨਾਵਾਂਗੇ। ਅਸੀਂ ਡਿਮਾਂਡ ਕਰਦੇ ਹਾਂ ਜੀ, ਸਾਨੂੰ ਅਸੀਂ ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਆਪਦਾ ਟਾਈਮ ਪਾਸ ਕਰਦੇ, ਰਕਸ਼ੇ ਚਲਾ ਕੇ, ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਸਾਡਾ ਜੋ ਵੀ ਕੁਛ ਆ ਵੀ ਸਾਡੇ ਤੇ ਧੱਕੇ ਸਾਈ ਗਰੀਬਾਂ ਨਾਲ ਹੋਈ ਆ, ਸਾਨੂੰ ਗੌਰਮੈਂਟ ਇਨਸਾਫ ਦਵਾਵੇ। ਮੇਰੇ ਗੱਲ ਪਏ ਜਦੋਂ ਤੇ ਇਹ ਮੇਰੇ ਘਰ ਦੇ ਛੁਡਾਉਣ ਆਏ ਜੀ, ਇਹਨਾਂ ਮੇਰੇ ਘਰ ਦੇ ਲੱਤ ਮਾਰੀ ਅਤੇ ਸੱਟ ਕਰਨ ਲੱਗਣ ਕਾਰਨ ਮੇਰੇ ਬੱਚੇ ਦੀ ਮੌਤ ਹੋ ਚੁੱਕੀ ਹੈ। ਅਸੀਂ ਜੀ ਗਰੀਬ ਹਾਂ ਜੀ, ਮਾਤੜ ਬੰਦੇ ਹਾਂ ਜੀ, ਸਾਨੂੰ ਇਨਸਾਫ ਦਵਾਇਆ ਜਾਵੇ ਸਰਕਾਰ। ਸਾਡੇ ਘਰ ਮਤਲਬ ਕੱਲ੍ਹ ਵੀ ਆਏ ਸੀ ਆਪਦੇ ਮੈਂਬਰ ਸਰਪੰਚ ਸਾਡੇ ਪਿੰਡ ਦੇ ਵੀ ਮੌਤ ਬਾਰ ਸਾਰੇ, ਅਤੇ ਸਾਨੂੰ ਕਹਿੰਦੇ ਆ ਵੀ 5-10 ਹਜ਼ਾਰ ਰੁਪਇਆ ਲੈ ਲਓ ਅਤੇ ਸਾਡੇ ਨਾਲ ਰਾਜ਼ੀਨਾਮਾ ਕਰੋ। ਅਤੇ ਕੀ ਤੁਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਸੀ? ਹਾਂਜੀ, ਸਾਡੀ ਕੋਈ ਸੁਣਵਾਈ ਹੋਈ ਨਹੀਂ। ਕਿਹੜੇ SHO ਨੂੰ ਦਿਖਾ ਦਿੱਤੀ? ਪੰਨਾ ਲਾਲ ਜੀ, ਪੱਲਾ ਲਾਲ ਨੂੰ ਦਿੱਤੀ ਆ ਜੀ, SHO ਵੀ ਉੱਥੇ ਸੀ। ਤੇ ਤੁਸੀਂ ਬੱਚੇ ਨੂੰ ਕਿਉਂ ਨਹੀਂ ਦਫਨਾ ਰਹੇ? 3 ਦਿਨ ਹੋ ਗਏ ਜਿਸ ਨਜ਼ਰ ਸਾਨੂੰ ਇਨਸਾਫ ਨਾ ਮਿਲਿਆ, ਅਸੀਂ ਨਹੀਂ ਦਫਨਾਵਾਂਗੇ। ਇਸ ਸੰਬੰਧੀ ਜਦੋਂ ਦੂਜੇ ਧਿਰ ਦਾ ਪੱਖ ਜਾਣਨ ਲਈ ਉਹਨਾਂ ਦੇ ਘਰ ਗਏ ਤਾਂ ਅੱਗੋ ਜਿੰਦਰੇ ਵੱਜੇ ਹੋਏ ਮਿਲੇ। ਇਸ ਮਾਮਲੇ ਸੰਬੰਧੀ ਜਦੋਂ DSP ਰਾਜਵੀਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੀ ਡਾਕਟਰ ਨਾਲ ਗੱਲਬਾਤ ਹੋਈ ਹੈ, ਬੱਚੇ ਦੀ ਮੌਤ ਗਰਭਵਤੀ ਕੁੱਟਮਾਰ ਨਾਲ ਨਹੀਂ ਸਗੋਂ ਮਾਂ ਦੀ ਅੰਦਰੂਨੀ ਇਨਫੈਕਸ਼ਨ ਨਾਲ ਹੋਈ ਹੈ। ਉਹਨਾਂ ਕਿਹਾ ਕਿ ਫਿਰ ਵੀ ਜਾਂਚ ਜਾਰੀ ਹੈ, ਜੇਕਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਬੱਚਾ ਉਸ ਤਰ੍ਹਾਂ ਗਰੀਬ ਪਰਿਵਾਰ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਅਸੀਂ ਇਹਦੇ ਬਾਰੇ ਡਾਕਟਰ ਸਾਹਿਬ ਤੋਂ SMO ਸੁਰ ਸਿੰਘ ਤੋਂ ਰਿਪੋਰਟ ਲਈ ਆ। ਉਹਨਾਂ ਨੇ ਅਜੇ ਵਰਬਲੀ ਸਾਨੂੰ ਕਿਹਾ ਵੀ ਇਹ ਜਿਹੜਾ ਬੱਚੇ ਦੀ ਜਿਹੜੀ ਮੌਤ ਹੋਈ ਆ ਇਹ ਕਿਸੇ ਢਿੱਡ 'ਚ ਸੱਟ ਵੱਜਣ ਕਰਕੇ ਨਹੀਂ ਹੋਈ, ਉਹਦੇ ਅੰਦਰ ਹੀ ਮਤਲਬ ਕੋਈ ਇਨਫੈਕਸ਼ਨ ਸੀ ਜਿਹਦੇ ਕਰਕੇ ਪਹਿਲਾਂ ਬੱਚੇ ਦੀ ਮੌਤ ਹੋਈ ਸੀਗੀ। ਬਾਕੀ ਇਹਦੇ ਸੰਬੰਧ ਵਿੱਚ ਸਬ ਇੰਸਪੈਕਟਰ ਜਿਹੜੇ ਤਫਤੀਸ਼ੀ ਅਫਸਰ ਆ ਉਹ ਜਾ ਰਿਹਾ ਹੁਣ ਡਾਕਟਰ ਸਾਹਿਬ ਕੋਲ ਉੱਥੇ, ਅਤੇ ਉਹਨਾਂ ਕੋਲ ਲਿਖਤੀ ਰਿਪੋਰਟ ਲੈ ਜਿਹੜੀ ਲਈ ਜਾਏਗੀ। ਉਸ ਤੋਂ ਬਾਅਦ ਜੇ ਕੋਈ ਬਣਦੀ ਕਾਰਵਾਈ ਹੋਏਗੀ ਵੀ ਵਾਕਈ ਉਹਦੀ ਕੋਈ ਸੱਟ ਲੱਗਣ ਕਾਰਨ ਬੱਚੇ ਦੀ ਮੌਤ ਹੋਈ ਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅਗਰ ਜੇ ਨੈਚੁਰਲ ਡੈਥ ਆ ਵੀ ਕੁਦਰਤੀ ਉਹਦੇ ਕੋਈ ਨੁਕਸ ਪਿਆ ਉਹ ਡਾਕਟਰ ਸਾਹਿਬ ਦੱਸਿਆ ਤੇ ਫਿਰ ਕੋਈ ਕਾਰਵਾਈ ਨਹੀਂ ਹੋ ਸਕਦੀ। ਤਰਨਤਾਰਨ ਤੋਂ ਬਲਜੀਤ ਸਿੰਘ ਰਿਪੋਰਟ।